ਹਾਂ ਜੀ, ਮਾੜੀ ਤਰਫੋਂ ਸਾਰਿਆਂ ਦੀ ਸਲਾਮਤੀ ਹੋਵੇ। ਸ਼ੁਰੂ ਉਸ ਪਾਕ ਪਰਵਰਦਿਗਾਰ ਨੇ ਨਾਇਸੁ ਜਿਹੜਾ ਬੜਾ ਮਿਹਰਬਾਨ ਅਤੇ ਨਿਆਇਤ ਰਹਿਣ ਵਾਲਾ ਆ। ਹੁਣ ਤੁਸੀਂ ਆਣੇ ਉਸੋ ਕੀ ਕਹਿਣਾ ਆ, ਉਸ ਨਾਮ ਇਸੀ ਜੇ ਗਿਦੜਿਆ ਰਕੀਆਂ ਹੋਇਆ ਵਾ। ਅਸਲ 'ਚ ਮੈਂ ਨਹਾਉਣ ਬੜਿਆ ਵਾ ਸਾਂ ਅਤੇ ਤੌਲੀਆ ਹੀ ਭੁੱਲੀ ਗਿਆ। ਫਿਰ ਮੈਂ ਆਇਆ ਹੁਣ ਬਾਹਰ, ਅਸੀਂ ਕਿਹਾ ਤੌਲੀਆ ਫਿਰ ਸਾਂ ਬਸ ਲਾਓ, ਇਸੇ ਤਰ੍ਹਾਂ ਹੀ ਤਾਂ ਕੱਪੜੇ ਥੋੜੇ ਸਿੱਝੇ ਲੱਗਣੇ। ਐਵੇਂ ਆਪੂ ਵੀ ਜਿਹੜਾ ਆ ਤਾਂ ਅਸੀਂ ਜੇ ਗਿਦੜਿਆ ਰੋਈ ਗਿਆ। ਇਹ ਸਭ ਕਿਆ ਦੇਖਣਾ ਪੜ ਰਹਾ ਹੈ? ਅੱਛਾ ਹੈ ਮੈਂ ਅੰਧਾ ਹੂੰ। ਤੇ ਬਾਹਰ ਕਿਸ ਨੇ ਨਾ ਪਲੈਨ ਆ, ਤੇ ਚਲੋ ਨਾਲ ਜ਼ਰਾ ਰਾਜੀ ਹੋਰਾਂ ਕੀ ਵੀ ਠਾਲ ਲਿਆ ਜੇ ਉੱਠੀ ਖਲਣ ਤੇ ਕੋਲਾ ਵੀ ਪਉਂ ਪਿਆ ਵਾ। ਰਾਏ ਜੀ ਕੰਗੀ ਚੰਗੀ ਕੀਤੀ ਵੇ, ਮੈਂ ਆਖਿਆ ਜੀ ਜੁਲੀਆ ਸੁਗੀ ਆਖਿਆ ਜੀ ਤੁਰੀ ਵੀ ਨਾਲ ਤੇ ਬੜੀ ਮਿਹਰਬਾਨੀ ਹੋ ਸੀ ਵੇ। ਹਾਂ ਪਰਫਿਊਮ ਵੀ ਲਾ ਸੋ, ਉਹ ਇਕੱਲੇ ਹੀ ਆਵੇ ਜੀ, ਪਰਫਿਊਮ ਕੀ ਲਾ ਸੋ, ਕਿਹੜਾ ਕੋ ਅਸਾਂ ਕੀ। ਕੀ ਬਾਤ ਹੈ ਜੀ, ਬੋਸ ਨਹੀਂ ਪਰਫਿਊਮ, ਓਏ ਹੋਏ ਹੋਏ, ਵੱਡੇ ਵੱਡੇ ਲੋਕ। ਇਹ ਗਿਫਟ ਹੋਇਆ ਸੀ ਮਾੜੇ ਨਿਕਾਲੇ ਦਿਨ ਸਪੈਸ਼ਲ ਬੰਦੇ ਨੇ ਪੁੱਛਾ ਕਿਸੇ ਨੇ, ਮੈਂ ਪੁੱਛਾ ਦੱਸਣਾ ਪਿਆ ਨਾ। ਅੱਛਾ ਅੱਛਾ ਠੀਕ ਹੈ ਠੀਕ ਹੈ, ਦੱਸਣਾ ਚਾਹੀਦਾ। ਅੱਛਾ ਠੀਕ ਹੈ ਠੀਕ, ਇਹ ਮਾੜਾ ਮੇਕਅਪ ਸਾਰਾ ਪਿਆ ਵਾ, ਠੀਕ ਹੈ ਦੱਸੀ ਛੋਟਾ ਥੋੜਾ ਜਿਹਾ। ਹਾਂ ਮੇਕਅਪ ਦੱਸਣੇ ਆ ਜੀ, ਇਹ ਤਾਂ ਕੀ ਕਿਨੋ ਜੀ, ਇਹਨਾਂ ਦਾ ਮੇਕਅਪ ਵੇ ਠੀਕ ਹੈ, ਮਾੜੀਆਂ ਬੰਦੇ ਨੇ ਮਾੜੀਆਂ ਚੀਜ਼ਾਂ ਨੇ ਠੀਕ ਹੈ ਤਾਂ ਕੀ ਕਿਨੋ। ਬਸ ਕਰ ਬਾਹਰ ਨਿਕਲੀ ਨਾ ਤੇ ਮੂੰਹ ਮੂੰਹ ਹੀ ਲਾਈ ਚਾਹੀ ਨਾ, ਲੋਸ਼ਨ ਪਈ ਵੀ, ਆਇਲ ਪਿਆ ਵਾ, ਮਾਉਥ ਵਾਸ਼ ਸਭ ਬੈਸਟ ਆ, ਕਿਸ ਕੰਮ ਦਾ ਮਾਇਆ ਮਤਲਬ। ਕੀ ਬਾਤ ਹੈ ਜੀ ਕੀ ਬਾਤ ਹੈ, ਸਪੈਸ਼ਲ ਸਕ੍ਰੈਬਰ ਵੀ ਰੱਖਿਆ ਵਾ ਰੰਗ ਚਿੱਟਾ ਕਰਨੇ ਵਾਸਤੇ, ਚਿੱਟਾ ਚਿੱਟਾ ਕਰਨਾ। ਹਾਏ 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 ਰਾਜੇ ਜੀ, ਫਰਕ ਦਿਸਣਾ ਸੀ ਵੇ, ਇਹ ਜਿਹੜੇ ਪੁਰਾਣੇ ਬੰਦੇ ਹੋ ਸਨ ਨਾ, ਉਹ ਇਸ ਕੀ ਇਸ ਨਾਲ ਨਾਮ ਦੱਸਣ ਕੀ ਕਹਿੰਦੇ। ਇਹ ਕੁਤੇ ਲਾਈ ਨਾ ਜੀ, ਇਹ ਤਿੱਬਤ ਹੈ ਜੀ। ਅੱਛਾ ਕੁਤੇ ਲਾਈ ਨਾ, ਪਹਿਲੇ ਪਹਿਲੇ ਮੂੰਹ ਹੀ ਲਾਈ ਨਾ। ਅੱਛਾ ਮੂੰਹ ਹੀ, ਅੱਛਾ ਅੱਛਾ ਇਹ ਪੁਰਾਣੇ ਬੰਦੇ ਦੱਸਣ ਜੀ, ਇਹ ਪਹਿਲੇ ਪਹਿਲੇ ਹੋਣੀ ਸੀ ਤਿੱਬਤ, ਤੇ ਨਾਈਆਂ ਦੁਕਾਨਾਂ ਗਿਆ ਉਹਨਾਂ ਤੋਂ ਫਰਕ ਕਰਾਈ ਤੇ ਥੋੜੀ ਜਿਹੀ ਮਾਲੀ ਨਾ। ਕੀ ਬਾਤ ਹੈ ਕੀ ਬਾਤ ਹੈ ਕੀ ਬਾਤ। ਚਲੋ ਜੀ ਬਾਕੀ ਗੱਲਾਂ ਜਿਹੜੀਆਂ ਆ ਉਹ ਬਾਅਦ ਵਿੱਚ ਹੀ ਹੋ ਸਣ, ਢਿੱਲੇ ਢਿੱਲੇ ਪੁੰਝ ਲੈ ਆ ਤੇ ਫਿਰ ਜਿਹੜੀਆਂ ਨਾ ਬਾਕੀ ਗੱਲਾਂ ਬਸ। ਚਲੋ ਫਿਰ ਇਹ ਜ਼ਰਾ ਤੱਕ ਕਿਨੋ ਜੀ, ਇਹ ਪਹਿਲੇ SSG ਕਮਾਂਡੋ ਵਿੱਚ ਵੀ ਰਹੇ ਠੀਕ ਹੈ ਨਾ, ਰੇ ਨਾ ਸਾਡਾ ਭਰਾ ਅੱਛਾ ਮੈਂ SSG 'ਚ ਰਹਿਣਾ। ਨਹੀਂ ਮੈਂ ਥੋੜੇ ਯਾਰ ਹੈ ਝੂਠ ਜੇ ਮਾਰਾਂ ਲਾਂਸਾਂ, ਲੇਕਿਨ ਚਲੋ ਸ਼ਿਫਟ ਹੋਣੇ ਰਹਿਣੇ ਸਾਡੇ ਕੀ ਸਪੈਸ਼ਲ ਸ਼ੈਡਾਂ ਸਨ ਤਾਂ ਪਹਿਲੀਆਂ ਟਰੋਜ਼ ਤੇ ਪੂਰਾ ਟਰੈਕ ਸੂਟ ਤੇ ਜਾ ਤਾਂ ਕੋਈ ਇਹ ਟਰੈਕ ਸੂਟ ਉੱਪਰ ਵੀ ਸਟੈਂਪ ਲਈ ਹੋਈ। ਕੀ ਬਾਤ ਹੈ ਜੀ ਕੀ ਬਾਤ, ਇਹ ਸਾਡੇ ਮਿਰਜ਼ੇ ਰਾਨੀਆਂ ਮੌਤਾਂ ਕਿ ਉਹਨਾਂ ਹਰ ਸਾਲ ਅਸਾਂ ਕੀ ਕੀ ਬਾਤ ਹੈ, ਮਤਲਬ ਕਿ ਗਿਫਟ ਕਰਨੇ ਰਹਿਣੇ। ਕੀ ਉਹ ਲਾਉਣ ਵੀ ਲਗੇ ਹੋ? ਲਾਈ ਦੱਸਾਂ ਨਾ ਜੀ, ਪੂਰਾ ਟਰੈਕ ਸੂਟ ਅੱਛਾ ਅੱਛਾ ਲਾਓ ਜੀ ਲਾਓ, ਥੋੜੇ ਜਿਹੇ ਦੂਰ ਜਾਈਏ ਪੂਰਾ ਕੈਮਰਾ ਮਾਰ ਦੱਸੋ ਨਾ, ਇਹ ਤਾਂ ਕੁਝ ਇਹ ਪੂਰਾ ਟਰੈਕ ਸੂਟ SSG ਕਮਾਂਡੋ ਦਾ ਜੀ। ਕੀ ਬਾਤ ਹੈ ਜੀ ਕੀ ਬਾਤ ਹੈ ਜੀ, ਮਿਰਜ਼ਾ ਜੀ ਅਗਰ ਤੁਹਾਨੂੰ ਤੱਕਣੇ ਪਿਓ ਜੀ ਤਾਂ ਬਹੁਤ ਬਹੁਤ ਸ਼ੁਕਰੀਆ, ਜਾਗਤੇ ਹੀ ਟਰੈਕ ਸੂਟ ਜਿਹੜਾ ਆ ਤੇ ਤੁਸੀਂ ਕੀ ਅਲਹਮਦੁਲਿਲਾ ਮਾਰੀ ਪੜੀ ਵੀ ਮਿਰਜ਼ੇ ਰਾਂ ਨੇ ਗਿਫਟ ਨਾਲ। ਕੀ ਬਾਤ ਹੈ, ਹਰ ਸਾਲ ਅਸਾਂ ਕੀ ਉਹਨਾਂ ਨੇ ਗਿਫਟ ਲਾਜ਼ਮੀ ਇਸ ਨੇ। ਕੀ ਬਾਤ ਹੈ ਕੀ ਬਾਤ ਹੈ ਜੀ ਕੀ ਬਾਤ ਹੈ, ਇਹ ਮਿਰਜ਼ਾ ਰਾਂ ਦੀ ਮੁਹੱਬਤ ਹੈ ਸਾਡੇ ਨਾਲ। ਵਾਹ ਜੀ, ਇਹ ਮਿਰਜ਼ਾ ਥੋੜੀ ਜਿਹੀ ਮੁਹੱਬਤ ਸਾਡੇ ਦਰ ਨਹੀਂ ਦੱਸਣ ਲੱਗੇ? ਦੱਸੀ ਕਿਉਂ ਨਾ ਦੱਸੀ ਜੀ, ਸਾਡਾ ਭਰਾ ਹੀ ਨਹੀਂ ਤੇ ਸਾਡਾ ਜਿਗਰੀ ਯਾਰ ਹੀ ਹੈ, ਠੀਕ ਹੋਈ ਕਾਲਜ ਫਰੈਂਡ ਹੈ ਸਾਡਾ ਮਿਰਜ਼ਾ, ਠੀਕ ਹੋਈ ਇਸ ਟਾਈਮ ਡਿਊਟੀ ਸਾਰੇ ਨਿਯਮ ਦੇਣਾ ਪਿਆ ਕਰਾਚੀ SSG। ਵਾਹ ਜੀ, ਬਸ ਬੁਲਾਏਗਾ ਕਿਆ ਜੀ, ਵਾਹ। ਇਹ ਚਲੋ ਜੀ ਵੀਡੀਓ ਜਿਹੜੀ ਹੈ ਅਸੀਂ ਡੈਡੀਕੇਟ ਕਰਨੇ ਆ ਮਿਰਜ਼ਾ ਸਾਹਿਬ ਜੀ, ਮਿਰਜ਼ਾ ਉਮੈਰ ਹੋਰਾਂ ਕੀ ਜੀ, ਅਗਰ ਕੋਈ ਤੱਕੀ ਵੇ ਜੀ ਵੀਡੀਓ ਸਾਡੀ ਤੇ ਅਪਰੀਸ਼ੀਏਟ ਕਰੀ ਸਟੇ, ਇਥੋਂ ਨਈ ਨਈ ਵੀਡੀਓ ਬਣਾਈ ਤੇ ਬਹੁਤ ਸ਼ੁਕਰੀਆ ਜੀ, ਤੁਸੀਂ ਜਿਹੜਾ ਹੈ ਟਰੈਕ ਸੂਟ ਜਾਂ ਸ਼ਰਟਸ ਜਾਂ ਜੋ ਵੀ ਮਤਲਬ ਰਾਜੇ ਹੋਰਾਂ ਕੀ ਦਿੱਤਾ, ਅਸਾਂ ਕਿਤਨੀ ਦਿੱਤਾ ਹੋਵੇ, ਲੇਕਿਨ ਚਲੋ ਕੋਈ ਨਹੀਂ, ਅਸਾਂ ਹੁਣ ਰਾਜਾ ਭਰਾ ਹੋਵੇ ਤੇ ਚਲੋ ਕੋਈ ਨਹੀਂ ਖੈਰ। ਨਹੀਂ ਮੈਂ ਉਸ ਤਰ੍ਹਾਂ ਵੈਸੇ ਦਿੱਤੀਆਂ ਨੇ ਦੋ ਸ਼ਰਟਾਂ, ਉਹ ਪੂਰਾ ਟਰੈਕ ਸੂਟ ਜ਼ਰਾ ਵੈ ਨਾ ਤੀਆਂ ਫੋਟੋ ਸ਼ੋਟ ਠੀਕ ਇਸ ਨੇ ਜੀ। ਚਲੋ ਬਾਹਰ ਚੁੱਲੇ ਆ ਤੇ ਬਾਹਰ ਬਾਕੀ ਗੱਲਾਂ ਬਾਹਰ ਹੋ ਸੋਣਾ ਜੀ। ਅਸਾਂ ਨੇ ਕਿਤੇ ਚੱਲਾ ਜਾਂ ਸੰਗੀ ਵੀ ਹੈ ਜੀ, ਤਾਂ ਉਸ ਕੀ ਕਹਿਣੀ ਮਿਲੀ ਹੈ ਜਾਂ ਛੋੜੀ ਹੈ? ਛੋੜੋ ਮੈਂ ਤਾਂ ਆਉਣਾ ਬਲਾ ਜੀ। ਚਲੋ ਛੋੜ ਰਹੇ ਹਾਂ, ਫਾਇਦਾ ਨਹੀਂ, ਗੋਲੀਆਂ ਮਾਰ ਰਹੇ ਹਾਂ ਵੈਸੇ ਵੀ, ਕਹਿਣਾ ਆ ਉਸ ਨੂੰ ਫਾਇਦਾ ਕੋਈ ਨਹੀਂ, ਫਾਇਦਾ ਕੋਈ ਨਹੀਂ ਹੈ, ਕਹਿਣਾ ਆ ਉਸ ਨੂੰ ਸਰਕਾਰ ਮੇਰੀ ਚਾਰਜ ਹੀ ਨਹੀਂ ਕੀਤਾ, ਮਾਈਕ ਦੀ ਚਾਰਜਿੰਗ ਖਤਮ ਹੋਈ ਕਿਤੇ ਆਵਾਜ਼ ਨਹੀਂ। ਚਲੋ ਕੋਈ ਨਹੀਂ, ਖੈਰ ਹੈ ਇਸ ਤਰ੍ਹਾਂ ਜਿਹੜਾ ਨੋਰਮਲ ਸਰਵੇ ਸ਼ਾਂ ਸ਼ੂ ਜਿਹੜੀ ਆ ਨਾ, ਗੱਡੀਆਂ ਛੱਡੀਆਂ ਤਾਂ ਲੰਘਣੀਆਂ ਪਈਆਂ ਜੀ, ਅਤੇ ਜ਼ਰਾ ਸ਼ੋਰ ਸ਼ਰਾਬ ਆਇਆ ਉਸਨੇ ਇਸਨੇ ਮਾਜ਼ਰਤ, ਲੇਕਿਨ ਇਹ ਵੀ ਇੱਕ ਮਜ਼ਾ ਆ ਇਨਵਾਇਰਮੈਂਟ ਨਾਲ ਬਾਈ, ਗੱਡੀਆਂ ਛੱਡੀਆਂ ਲੰਘਣੀਆਂ ਰੋਡਾਂ ਪਰ ਚੁੱਲੇ, ਉਹ ਗੱਪਾਂ ਛੱਪਾਂ ਚੱਲੀਆਂ ਪਈਆਂ ਠੀਕ ਹੈ।
ਪਿੱਛੇ ਦੁਕਾਨ ਹੈ ਜੀ ਉਸ ਸਾਡੇ ਸੰਗੀਆ ਨਹੀਂ ਜਿਸ ਕਿ ਸਾਨੂੰ ਮਿਲਣਾ ਸਾ ਲੇਕਿਨ ਹੁਣ ਮਿਲ ਹੀ ਨਾ ਸਕੇ ਠੀਕ ਹੈ ਇੱਧਰ ਨਾਲ ਹੀ ਬਿਊਟੀ ਪਾਰਲਰ ਆ ਲੇਡੀਜ਼ ਸਲੂਨ ਆ ਠੀਕ ਹੈ ਇਹ ਪਿੱਛੇ ਸਾਡੀ ਬਿਲਡਿੰਗ ਹੀ ਠੀਕ ਹੈ ਉਸਨੇ ਸਾਹਮਣੇ ਇੱਕ ਹੋਰ ਬਿਲਡਿੰਗ ਹੀ ਠੀਕ ਹੈ ਮਸਜਿਦ ਜਿਹੜੀ ਉਸ ਦਿਨ ਤੋਂ ਵੀਡੀਓ ਵੀ ਤਕਾਈ ਵੀ ਸੀ ਠੀਕ ਹੈ ਲੇਕਿਨ ਇਹ ਵੀ ਹੈ ਕਿ ਖਾਲੀ ਤਾਂ ਬਿਲਡਿੰਗਾਂ ਹੀ ਨਹੀਂ ਵੇ ਮਤਲਬ ਉੱਥੇ ਬੜੇ ਬੜੇ ਰੇਗਿਸਤਾਨ ਵੀ ਹੈ ਜਿਹੜੇ ਤੁਸਾਂ ਦੀ ਜ਼ਰੂਰ ਤਕਾਸ ਆ ਵੇਖ ਸਕਿਆ ਤਾਂ ਇਸੇ ਬੜੇ ਤਕਾਸ ਆ ਅਸਾਂ ਵੀ ਆਈ ਪੀ ਜਗ੍ਹਾ ਰਹਿਣੇ ਆ ਇੱਥੇ ਰੰਮਲ ਲੈ ਜਿੱਥੇ ਦੀ ਨਜ਼ਰ ਅੱਛੀ ਨਜ਼ਰ ਜਾਸੀ ਨਜ਼ਰ ਉਹਦੀ ਨਜ਼ਰ ਅੱਛੀ ਹੋ ਕੁਛ ਰੇਗਿਸਤਾਨ ਹੀ ਰੇਗਿਸਤਾਨ ਸਮਝ ਗਏ ਹੋ ਰੰਮਲ ਸ਼ਾਮੀ ਜਿਸਲੇ ਕਮੇ ਪਰ ਮੁੜੀ ਤਾਂ ਛੋ ਤਾਂ ਬਸ ਉਹ ਹੀ ਉਹ ਸ਼ੇਰ ਆਏ ਕਹੇ ਉਸ ਬੇਦਰਦ ਨੂੰ ਖਬਰ ਹੀ ਨਹੀਂ ਜਿਸਨੀ ਯਾਦ ਦੀ ਜਾਲਤ ਫਕੀਰਾਂ ਹੋਏਗੀ ਇਹ ਹਾਲ ਹੋਇਆ ਵਾ ਹੋਣਾ ਠੀਕ ਹੈ ਅਤੇ ਇਹ ਆ ਕਿ ਜ਼ਰਾ ਬਾਅਦ ਵਿੱਚ ਬੰਦਾ ਫਰੈਸ਼ ਹੋਈ ਗਿਆ ਨਾ ਨਹਾਉਣਾ ਧੋਣਾ ਠੀਕ ਹੈ ਅਤੇ ਆਰਾਮ ਕਰਨਾ ਫਿਰ ਫਰੈਸ਼ ਹੋਈ ਗਿਆ ਅਤੇ ਕੋਸ਼ਿਸ਼ ਕਰ ਸਕਾਂ ਤੁਸਾਂ ਕਿ ਸਾਈਡ ਦੀਆਂ ਵੀਡੀਓ ਵੀ ਦੱਸਾਂ ਜਿੱਥੇ ਅਸਾਂ ਪੁੱਛਦੇ ਹਾਂ ਕੰਮੇ ਸ਼ੰਮੇ ਹੱਸਦੇ ਠੀਕ ਹੈ ਰਾਜਾ ਔਰ ਮੌਜਾਂ ਕਰਨਾ ਇਹਨਾਂ ਨਾਲ ਕੰਮ ਤੋਂ ਕੋਈ ਗੱਲ ਨਹੀਂ ਬਾਈ ਚਿੱਟੇ ਕੱਪੜੇ ਲਏ ਗਏ ਚਿੱਟੇ ਹੀ ਲਗੇ ਮੁੜੀ ਅਲਹਮਦੁਲਿਲਾ ਜੀ ਸ਼ੁਕਰ ਉਸ ਜ਼ਾਤ ਦਾ ਲੱਖਾਂ ਸ਼ੁਕਰ ਆ ਬੜੀਆਂ ਮੁਸ਼ਕਲਾਂ ਕੱਟ ਕੇ ਇੱਥੇ ਪਹੁੰਚੇ ਆ ਹਾਂ ਜੀ ਬੜੀਆਂ ਮੁਸ਼ਕਲਾਂ ਤਾਂ ਕੱਟੀਆਂ ਜੀ ਸਾਲਾਂ 'ਚ ਮਹੀਨਾ ਡੇਢ ਮਹੀਨਾ ਕੰਮ ਹੋਣਾ ਉਹ ਵੀ ਹੁਣ ਖਤਮ ਹੋਈ ਆ ਨਵੰਬਰ ਹੀ ਸਾਲ ਖਤਮ ਅਲਹਮਦੁਲਿਲਾ ਹੁਣ ਮੌਜਾਂ ਲੱਗੀਆਂ ਜੀ ਹੁਣ ਅਗਲੇ ਨਵੰਬਰ 'ਚ ਅਕਤੂਬਰ ਨਵੰਬਰ 'ਚ ਕੰਮ ਹੋ ਸੀ ਬਾਕੀ ਇਹ ਆ ਕਿ ਮੁਸ਼ਕਲਾਂ ਤਾਂ ਬੜੀਆਂ ਕੱਟੀ ਤਾਂ ਇਹ ਟਿਕਟ ਕਟਾਇਆ ਨੇ ਜ਼ਿਆਦਾ ਜ ਬੈਠੇ ਵੀਜ਼ਾ ਲਿਖਾਇਆ ਨੇ ਨਹੀਂ ਨਹੀਂ 2019 ਨੀ ਮਾੜੀ ਸਟੋਰੀ ਬੜੀ ਸੈਡ ਸਟੋਰੀ ਹੈ ਇਨਸ਼ਾਅੱਲਾ ਉਸਨੇ ਫਿਰ ਕੁਝ ਬਣਾਸਾਂ ਵਲੌਗ ਅਲੱਗ ਬਣਾਸਾਂ ਉਹਦੀ ਸੈਡ ਸਟੋਰੀ ਸੁਣਾਸਾਂ ਚਲੋ ਇਨਸ਼ਾਅੱਲਾ ਨੈਕਸਟ ਟਾਈਮ ਫਿਲਹਾਲ ਨਾ ਸੁਣਾਇਆ ਵੀ ਕਿਉਂਕਿ ਕੱਲ੍ਹ ਅਸੀਂ ਜਾਣਾ ਵੀ ਆ ਕਰ ਰਹੇ ਤਾਂ ਟਾਈਮ ਬਹੁਤ ਲਈ ਗਿਆ ਸੀ ਹਾਂ ਸਹੀ ਫਿਰ ਇਹ ਗੱਲ ਕੱਲ੍ਹ ਫਿਰ ਟਾਈਮ ਲਾਇਆ ਬਾਕੀ ਤਾਂ ਕੀ ਇਹਨੂੰ ਇਨਵਾਇਰਮੈਂਟ ਇੱਥੇ ਨਹੀਂ ਲੋਕ ਚਲੋ ਕਮੈਂਟ ਚ ਗੱਲਾਂ ਛੱਲਾਂ ਦੱਸਣੇ ਯਾਰ ਇੱਥੋਂ ਇਸ ਤਰ੍ਹਾਂ ਕਰਿਆ ਕਰੋ ਇੱਥੋਂ ਇਸ ਤਰ੍ਹਾਂ ਉਹ ਵੀ ਗੱਲ ਠੀਕ ਹੋਈ ਨੀ ਠੀਕ ਹੈ ਚਲੋ ਗੁਰ ਜੇ ਗੁਰ ਤਰੱਕੀ ਕੀਤੀ ਫਿਰ ਇਨਸ਼ਾਅੱਲਾ ਜਿਹੜਾ ਆ ਤੇ ਲਗਾਇਆ ਨਾਲ